ਕਿ ਬਹੁਤ ਸਾਰੇ ਲੋਕਾਂ ਨੇ ਆਪਦੇ ਸਪਾਊਸ ਦਾ ਕੇਸ ਪਹਿਲਾਂ ਅਪਲਾਈ ਕੀਤਾ ਹੋਇਆ ਸੀ, ਸਪਾਊਸਲ ਜਿਹਨੂੰ ਵਰਕ ਪਰਮਿਟ ਕਹਿੰਦੇ ਆਪਾਂ, ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੀ ਜਿਹੜੀ ਰਿਫਿਊਜ਼ਲ ਆਉਂਦੀ ਰਹੀ, ਪਰ ਅਤੇ ਹੁਣ ਕੁਦਰਤੀ ਗੱਲ ਆ ਕਿ ਉਹ ਦੁਬਾਰਾ ਉਹਨੂੰ ਅਪਲਾਈ ਕਰਨਾ ਚਾਹੁੰਦੇ ਨੇ, ਲੋੜ ਹੈ ਕਿਉਂਕਿ ਆਪਦੇ ਸਪਾਊਸ ਦੇ ਨਾਲ ਤਾਂ ਬੰਦਾ ਰਹਿਣਾ ਚਾਹੁੰਦਾ ਹੈ. ਅਤੇ ਪਰ ਅਸੀਂ ਫਿਰ ਉਹਦੇ ਲਈ ਕੀ ਕੀਤਾ ਕਿ ਚੈੱਕਲਿਸਟ ਤਿਆਰ ਕੀਤੀ ਹੋਈ ਆ, ਕਿ ਜੇਕਰ ਆਪਾਂ ਉਸ ਚੈੱਕਲਿਸਟ ਦੇ ਆਧਾਰ ਦੇ ਉੱਪਰ ਇਹ ਡਾਕੂਮੈਂਟ ਨਾਲ ਲਾ ਕੇ ਆਪਣਾ ਸਪਾਊਸਲ ਅਪਲਾਈ ਕਰਦੇ ਹਾਂ, ਇਹ ਨਾ ਹੋਵੇ ਕਿ ਤੇ ਚੈੱਕਲਿਸਟ ਤੁਸੀਂ ਸਾਡੇ ਤੋਂ ਲੈ ਜਾਓ ਅਤੇ ਅਪਲਾਈ ਕਿਤੋਂ ਹੋਰ ਕਰਾ ਲਓ. ਡਾਕਟਰ ਦੀ ਲਿਖੀ ਹੋਈ ਦਵਾਈ ਫਿਰ ਡਾਕਟਰ ਹੀ ਪੜ੍ਹ ਸਕਦਾ ਨਾ, ਹੋਰ ਬੰਦਾ ਨਹੀਂ ਪੜ੍ਹ ਸਕਦਾ ਗਾ. ਇਸ ਕਰਕੇ ਜਦੋਂ ਚੈੱਕਲਿਸਟ ਤੁਸੀਂ ਲੈ ਲਓਗੇ ਤਾਂ ਤੁਸੀਂ ਆਪਣੇ ਸਪਾਊਸਲ ਦਾ ਜੇ ਦੁਬਾਰਾ ਕੇਸ ਅਪਲਾਈ ਕਰਨਾ ਹੈ ਤਾਂ ਤੁਸੀਂ ਬਰੈਂਪਟਨ ਜਾਂ ਫਿਰ ਜ਼ੀਰਾ ਆਫਿਸ ਨਾਲ ਹੀ ਗੱਲ ਕਰਨੀ ਆ. ਮੈਂ ਗੱਲ ਕਰਦਾ ਹੁੰਦਾ ਕਿ ਆਪਦੇ ਗਲੀ ਮੁਹੱਲਿਆਂ ਵਾਲੇ ਏਜੰਟਾਂ ਤੋਂ ਬਚ ਕੇ ਰਹੋ, ਕਿਉਂਕਿ ਸਰਜਨ ਸਰਜਨ ਹੁੰਦੇ ਨੇ ਅਤੇ ਜਿਹੜੇ ਪਿੰਡਾਂ ਵਾਲੇ ਹੁੰਦੇ ਨੇ ਉਹ ਐੱਮ ਡੀ ਕੁਛ ਕਹਿੰਦੇ, ਮੇਰੇ ਖਿਆਲ ਨਾਲ ਉਹਨਾਂ ਨੂੰ ਮੈਡੀਕਲ ਪ੍ਰੋਵਾਈਡਰ ਵਾਲੇ ਹੁੰਦੇ ਜਿਹੜੇ ਆਰ ਐੱਮ ਪੀ ਰੂਰਲ ਮੈਡੀਕਲ ਪ੍ਰੋਵਾਈਡਰ ਵਾਲੇ ਹੁੰਦੇ ਨੇ, ਉਹ ਹੋਰ ਹੁੰਦੇ ਨੇ. ਸੋ ਉਹਨਾਂ ਤੋਂ ਬਚੋ. ਅਤੇ ਇਹਦੇ ਲਈ ਤੁਸੀਂ ਜਾਣਾ ਹੈ ਜੀ PSImmigration.ca 'ਤੇ, ਤਾਂ ਉੱਥੇ ਜਾ ਕੇ ਵਟਸਐਪ ਹਨ, ਦੋ ਲਿੰਕ ਨੇ ਉੱਥੇ, ਇੱਕ ਕੈਨੇਡਾ ਵਾਲਾ ਅਤੇ ਇੱਕ ਇੰਡੀਆ ਵਾਲਾ. ਸੋ ਤੁਸੀਂ ਕੈਨੇਡਾ ਵਾਲੇ ਜਾ ਕੇ ਮੈਸੇਜ ਕਰੋ ਸਪਾਊਸਲ, ਤੁਹਾਨੂੰ ਆਪਣੇ ਆਪ ਇੱਕ ਚੈੱਕਲਿਸਟ ਆ ਜਾਵੇਗੀ, ਸਾਡੀ ਪੂਰੀ ਟੀਮ ਬੈਠੀ ਹੈ ਬੈਕਐਂਡ 'ਤੇ, ਉਹ ਤੁਹਾਨੂੰ ਭੇਜ ਦੇਵੇਗੀ ਚੈੱਕਲਿਸਟ. ਅਤੇ ਉਹ ਤੋਂ ਬਾਅਦ ਤੁਸੀਂ ਜਦੋਂ ਆਪਣਾ ਵੀਜ਼ਾ ਲਵਾਉਣਾ ਹੋਇਆ ਸਪਾਊਸਲ ਦਾ ਜਾਂ ਕੋਈ ਹੋਰ, ਤਾਂ ਗੱਲ ਕਰ ਰਹੀ ਹਾਂ ਜੀ ਬਰੈਂਪਟਨ ਜਾਂ ਫਿਰ ਜ਼ੀਰਾ ਆਫਿਸ ਦੇ ਨਾਲ.